ਐਫਐਮ 95 ਪੰਜਾਬ ਰੰਗ ਦੇ ਸਾਰੇ ਸੁਣਨ ਵਾਲੇ ਜਿਹੜੇ ਸਾਡੇ ਲਿਸਨਰਸ ਨੇ, ਸਾਡੇ ਸੁਣਨ ਵਾਲੇ ਨੇ ਉਹ, ਔਰ ਸੋਸ਼ਲ ਮੀਡੀਆ ਰਾਹੀਂ ਜਿੰਨੇ ਸਾਡੇ ਦੇਖਣ ਵਾਲੇ ਨੇ, ਉਹਨਾਂ ਨੂੰ ਇੱਕ ਵਾਰ ਫਿਰ ਬਾਬਾ ਗੁਰੂ ਨਾਨਕ ਦੇਵ ਜੀ ਦੀ ਧਰਤੀ ਨਨਕਾਣਾ ਸਾਹਿਬ 'ਤੇ ਔਰ ਇਸ ਬਾਰੇ ਸ਼ੁਰੂ ਹੋਈਆਂ 550ਵੇਂ ਜਨਮ ਦਿਨ ਦੀਆਂ ਜਿਹੜੀਆਂ ਭਰਵੀਆਂ ਰੌਣਕਾਂ ਨੇ ਉਹਦੇ 'ਚ ਜੀ ਆਇਆਂ ਨੂੰ ਕਿੰਨੇ ਆ ਸਵਾਗਤ ਕਰਨੇ ਆ। ਮੇਰੇ ਸਜੇ ਹੱਥ ਸਾਡਾ ਕੈਮਰਾ ਜਿਹੜੀ ਪਰਸਨੈਲਿਟੀ ਨੂੰ ਵਹਾ ਰਿਹਾ, ਸ਼ਾਇਦ ਸਾਡੇ ਸਰੋਤੇ, ਸਾਡੇ ਲਿਸਨਰਸ ਔਰ ਸਾਡੇ ਜਿਹੜੇ ਵਿਵਰਸ ਨੇ ਉਹਨਾਂ ਲਈ ਤਾਂ ਇਹ ਨਵੇਂ ਹੋਣ। ਇਹਨਾਂ ਦਾ ਨਾਂ ਹੈ ਬਲਵਿੰਦਰ ਜੀ, ਇਹ ਜੀ UK ਤੋਂ ਵਲੈਤ ਤੋਂ ਆਉਂਦੇ ਨੇ ਔਰ ਪਿਛਲੇ 21 ਵਰਿਆਂ ਤੋਂ ਪਾਕਿਸਤਾਨ 'ਚ ਆਈ ਕੈਂਪ ਲਾਉਂਦੇ ਨੇ। ਇਸ ਕਰਕੇ ਇਹਨਾਂ ਦੇ ਅਸਲੀ ਨਾਂ ਤੋਂ ਤਾਂ ਸ਼ਾਇਦ ਲੁਕਾਈ ਘੱਟ ਵਾਕਫ ਹੋਵੇ, ਪਰ ਇਹਨਾਂ ਨੂੰ ਨਨਕਾਣਾ ਸਾਹਿਬ 'ਚ ਇਹਦੇ ਆਲੇ ਦੁਆਲੇ ਲੈਲਪੁਰ ਫੈਸਲਾਬਾਦ ਵਾਲੇ ਪਾਸੇ ਅੱਖਾਂ ਵਾਲਾ ਡਾਕਟਰ ਜਾਂ ਡਾਕਟਰ ਸਾਹਿਬ ਕਹਿੰਦੇ ਨੇ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਇਹ ਮੁਹੱਬਤ ਜਦੋਂ ਲੋਕਾਂ ਨੂੰ ਲੱਭਦੀ ਹੈ ਡਾਕਟਰ ਸਾਹਿਬ ਦਵਾਈ ਕੀ ਮਹਿਸੂਸ ਕਰਦੇ? ਸੱਚ ਸੱਚ ਦੱਸਣਾ। ਦੇਖੋ, ਸੱਚੀ ਗੱਲ ਤਾਂ ਇਹ ਹੈਗੀ ਆ ਵੀ ਅਸੀਂ ਤਾਂ ਬਹੁਤ, ਸਾਡਾ ਦਿਲ ਲੱਗਦਾ ਇੱਥੇ ਕਿ ਏਦਾਂ ਲੱਗਦਾ ਕਿ ਸਾਡੇ ਆਪਣੇ ਲੋਕ ਆ ਤੇ ਅਸੀਂ ਇਹਨਾਂ ਦੀ ਸੇਵਾ ਕਰੀਏ ਔਰ ਕਰ ਰਹੇ ਹਾਂ। ਮਹਾਰਾਜ ਆਪੇ ਗੁਰੂ ਨਾਨਕ ਦੇਵ ਜੀ ਕਰਾ ਰਹੇ ਆ ਔਰ ਇਹ ਬੜੀ ਖੁਸ਼ੀ ਹੁੰਦੀ ਆ ਮਨ ਨੂੰ। ਤੇ ਮੈਂ ਤਾਂ ਇਹ ਸਾਡੇ ਬੜੇ ਭਰਾ ਪਹਿਲਾਂ ਆਉਂਦੇ ਸੀਗੇ ਇੱਧਰ, ਅਵਤਾਰ ਸਿੰਘ ਸਗੇੜੇ ਹੋਣੀ, ਮੈਂ 21 ਸਾਲ ਪਹਿਲਾਂ ਇੱਕ ਵਾਰੀ ਆਇਆ ਸੀਗਾ। ਉਹ ਚਲੋ ਇਹਨਾਂ ਦੀ ਇਹੋ ਜਿਹੀ ਪ੍ਰੇਰਣਾ ਮਿਲੀ ਹੈ, ਸਾਡੇ ਬਜ਼ੁਰਗ ਵੀ ਆ, ਵੱਡੇ ਆ ਸਾਥੋਂ, ਉਹ ਸਾਨੂੰ ਫਿਰ ਇਹੋ ਜਿਹਾ ਲੱਭ ਲੱਗਾ ਵੀ ਅਸੀਂ ਹੁਣ ਛੱਡ ਨਹੀਂ ਸਕਦੇ ਇਹ। ਕੀ ਬਾਤ ਹੈ। ਤੇ ਹੋਰ ਵੀ ਸਾਡੀ ਟੀਮ ਬਹੁਤ ਵਧੀਆ, ਜਿੰਨੇ ਸਾਡੇ ਟੀਮ ਦੇ ਬੰਦੇ ਬਹੁਤ ਸਤਿਕਾਰਯੋਗ ਆ ਸਾਰੇ, ਤੇ ਸਾਰੇ ਆਪਣੀ ਆਪਣੀ ਜਗ੍ਹਾ ਤੇ ਵਧੀਆ ਕੰਮ ਕਰ ਰਹੇ ਆ। ਤੇ ਆ ਗੁਰਦੁਆਰਿਆਂ ਦੀ ਡਿਵੈਲਪਮੈਂਟ ਤੁਸੀਂ ਦੇਖ ਰਹੇ ਆ, ਸਾਰੇ ਕਾਰ ਸੇਵਾ ਕਮੇਟੀ ਸਾਡੀ ਆ ਤੇ ਇੱਥੇ ਕਾਫੀ ਗੁਰਦੁਆਰਿਆਂ 'ਚ ਕਾਰ ਸੇਵਾ ਕਮੇਟੀ UK ਦਾ ਯੋਗਦਾਨ ਆ। ਤੇ ਇਹ ਜੀ ਡਾਕਟਰ ਬਲਵਿੰਦਰ ਅੱਖਾਂ ਵਾਲੇ, ਇਹ ਚੇਤੇ ਰੱਖਣਾ। ਥੈਂਕ ਯੂ ਡਾਕਟਰ ਸਾਹਿਬ। ਮੈਂ ਜ਼ਰਾ ਸੰਘੇੜਾ ਸਾਹਿਬ ਨੇ, ਅਵਤਾਰ ਸਿੰਘ ਸੰਘੇੜਾ, ਜਦੋਂ ਇਹ ਨਾਂ ਆਵੇ ਤਾਂ ਸਮਝੋ ਜੀ ਹੁਣ ਗੱਲਬਾਤ ਵੱਲੋਂ ਧੂੜਾਂ ਨੰਜੇੜੀਆਂ ਉਹ ਪੱਟੀਆਂ ਜਾਣ ਲੱਗੀਆਂ ਆ, ਦਿੱਲੀ ਹਿੱਲ ਗਈ। ਆ ਦਿੱਲੀ ਹਿੱਲਣ ਲੱਗੀ ਜੀ, ਵੇਖੋ ਮੈਂ ਨਹੀਂ ਗਵਾਈ ਦਿੱਤੀ, ਬਲਵਿੰਦਰ ਜੀ ਦਿੱਤੀ ਹੈ। ਸੰਘੇੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਪਾਕਿਸਤਾਨ ਦੇ ਸੁੱਚੇ ਤੇ ਖਰੇ ਜਿਹੜੇ ਬੇਲੀ ਕੁਛ ਸਿੱਖ ਲੀਡਰ ਨੇ, ਤੁਸੀਂ ਉਹਨਾਂ ਚੋਂ ਇੱਕ ਜੇ, ਇਹ ਸਾਡਾ ਮਾਣ ਵੀ ਹੈ ਤੇ ਇਸ ਮਾਣ ਨੂੰ ਤੁਸੀਂ ਕਿਦਾਂ ਮਹਿਸੂਸ ਕਰਦੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਉਸ ਅਕਾਲ ਪੁਰਖ ਦੀ ਦੇਣਾ, ਕਿਉਂਕਿ ਅਸੀਂ ਇੱਥੇ ਜਦੋਂ ਤੋਂ ਆਉਣ ਸ਼ੁਰੂ ਕੀਤਾ ਹੈ ਨਾ, ਉਦੋਂ ਜਦੋਂ ਅਸੀਂ ਇੱਥੇ ਦੇ ਗੁਰਦੁਆਰਿਆਂ ਦੀਆਂ ਹਾਲਤ ਦੇਖੇ, ਉਹਨੂੰ ਮਹਿਸੂਸ ਕਰਕੇ ਅਸੀਂ ਇੱਥੇ ਡਿਵੈਲਪਮੈਂਟ ਕਰਨੀ ਸ਼ੁਰੂ ਕੀਤੀ। ਕਰਵਾਉਣ ਵਾਲਾ ਬਾਬਾ ਨਾਨਕ ਆ, ਅਸੀਂ ਤਾਂ ਉਹਦੇ ਮੂਹਰੇ ਹੋ ਕੇ ਚੱਲਣ ਵਾਲੇ ਹਾਂ। ਕਿਰਪਾ ਤਾਂ ਉਸ ਅਕਾਲ ਪੁਰਖ ਨੇ ਕਰਨੀ ਹੈ, ਲੇਕਿਨ ਮਹਾਰਾਜ ਨੇ ਬੜੀ ਕਿਰਪਾ ਕੀਤੀ। ਅੱਜ ਤੱਕ ਅਸੀਂ ਜਿੰਨੇ ਵੀ ਅਸਥਾਨ ਬਣਾਏ ਆ ਉਹਨਾਂ ਦੇ ਵਿੱਚ ਮਹਾਰਾਜ ਨੇ ਬੜੀ ਕਿਰਪਾ ਕੀਤੀ, ਸੰਗਤਾਂ ਨੇ ਬੜਾ ਸਹਿਯੋਗ ਦਿੱਤਾ, ਕਿਉਂਕਿ ਖਾਸ ਕਰਕੇ ਕੋਈ ਵੀ ਕਾਜ ਆਪਾਂ ਚੱਕਦੇ ਹਾਂ ਤਾਂ ਉਹ ਸੰਗਤਾਂ ਦੇ ਸਿਰ 'ਤੇ ਹੁੰਦਾ। ਜੇ ਸੰਗਤਾਂ ਤੁਹਾਡਾ ਸਹਿਯੋਗ ਕਰਦੀਆਂ ਹਨ ਤਾਂ ਉਹਨੂੰ ਤੁਸੀਂ ਨੇਪਰੇ ਚਾੜ ਸਕਦੇ ਆ। ਜੇ ਸੰਗਤਾਂ ਨੇ ਤੁਹਾਨੂੰ ਰਿਸਪੌਂਸ ਦਿੰਦੀਆਂ ਨਾ, ਫਿਰ ਆਦਮੀ ਡਿਸਹਾਰਟ ਹੋ ਕੇ ਘਰ ਬੈਠ ਜਾਂਦਾ। ਬਿਲਕੁਲ ਠੀਕ। ਇਸ ਕਰਕੇ ਪਿਛਲੇ ਤਕਰੀਬਨ 20-25 ਸਾਲ ਤੋਂ ਸੰਗਤਾਂ ਨੇ ਸਾਨੂੰ ਭਰਪੂਰ ਸਹਿਯੋਗ ਦਿੱਤਾ, ਉਹਨਾਂ ਦੇ ਸਹਿਯੋਗ ਦਾ ਸਦਕਾ ਅੱਜ ਅਸੀਂ ਇੱਥੇ ਸਾਰੇ ਕਾਰਜ ਜਿਹੜੇ ਉਹ ਕਰ ਰਹੇ ਹਾਂ। ਕਿਉਂਕਿ ਕਈ ਵਾਰੀ ਸਾਡੇ ਵਿੱਚ ਬੜੇ ਭੁੱਲ ਭੁਲੇਖੇ ਪੈ ਜਾਂਦੇ ਹਨ ਵੀ ਜੀ ਉਹ ਜੀ ਇਹ ਪੈਸਾ ਕਿੱਥੇ ਲਾਉਂਦੇ ਹਨ, ਕੀ ਕਰਦੇ ਹਨ। ਮੈਂ ਹਮੇਸ਼ਾ ਹੀ ਵਿਦੇਸ਼ੀ ਸੰਗਤਾਂ ਨੂੰ ਇਹ ਬੇਨਤੀ ਕਰਦਾ ਹੁੰਦਾ ਕਿ ਤੁਸੀਂ ਇੱਦਾਂ ਕਰੋ, ਤੁਸੀਂ ਆਓ ਪਾਕਿਸਤਾਨ, ਪਾਕਿਸਤਾਨ ਆ ਕੇ ਦੇਖੋ ਕੀ ਡਿਵੈਲਪਮੈਂਟ ਹੋਈ ਆ। ਜਿਹੜੇ ਵੀ ਆਦਮੀ ਆਉਂਦੇ ਆ ਉਹ ਜਦੋਂ ਦੇਖਦੇ ਆ ਉਹ ਕਹਿੰਦੇ ਵੀ ਅਸੀਂ ਸੁਣਿਆ ਕੁਛ ਹੋਰ ਸੀ, ਦੇਖ ਕੇ ਸਾਡਾ ਮਨ ਖੁਸ਼ ਹੋ ਗਿਆ। ਕਿਉਂਕਿ ਸੁਣਨਾ ਤੇ ਦੇਖਣਾ ਉਹਦੇ ਵਿੱਚ ਬੜਾ ਕਾਫੀ ਅੰਤਰ ਹੁੰਦਾ ਹੈ। ਇੱਕ ਆਪਣੇ ਅੱਖੀਂ ਦੇਖ ਲੈਣਾ, ਦੂਸਰਾ ਹੁੰਦਾ ਕੰਨਾਂ ਨਾਲ ਸੁਣ ਲੈਣਾ, ਉਹਦੇ ਵਿੱਚ ਅੰਧੇਰਾ ਹੁੰਦਾ। ਸੋ ਇਸ ਕਰਕੇ ਅਸੀਂ ਹਮੇਸ਼ਾ ਹੀ ਵਿਦੇਸ਼ੀ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਦੋਂ ਪਾਕਿਸਤਾਨ ਆਓ, ਤੰਬੂ ਸਾਹਿਬ ਗੁਰਦੁਆਰੇ, ਸਿੰਘ ਸਿੰਘਣੀਆਂ ਦੇ ਗੁਰਦੁਆਰੇ, ਬਾਲੀਲਾ ਗੁਰਦੁਆਰੇ, ਇਹਨਾਂ ਗੁਰਦੁਆਰਿਆਂ ਨੂੰ ਦੇਖ ਕੇ ਤੁਸੀਂ ਜ਼ਰੂਰ ਇਹ ਚੀਜ਼ ਕਹੋਗੇ ਭਈ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ। ਸੋ ਮੈਂ ਇੱਥੇ ਹੀ ਬੇਨਤੀ ਕਰਦਾ ਹਾਂ ਗੁਰੂ ਨਾਨਕ ਦੇਵ ਜੀ ਦੇ ਐਸੇ 550 ਸਾਲਾਂ ਦੇ ਉੱਤੇ ਸਮੁੱਚੀ ਸਾਧ ਸੰਗਤ ਨੂੰ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ, ਖਾਸ ਕਰਕੇ ਭਾਰਤ ਦੇ ਵਿੱਚੋਂ ਵੀ ਆਈ ਹੈ, ਉਹਨਾਂ ਸਾਰਿਆਂ ਨੂੰ ਅਸੀਂ ਕਾਰ ਸੇਵਾ ਕਮੇਟੀ UK ਵੱਲੋਂ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ ਅਤੇ ਇਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਾਰੀ ਸੰਗਤ ਨੂੰ ਜੋ ਮਨੋਕਾਮਨਾ ਲੈ ਕੇ ਸੰਗਤਾਂ ਪਹੁੰਚੀਆਂ ਹਨ ਉਹਨਾਂ ਦੀਆਂ ਮਨੋਕਾਮਨਾ ਗੁਰਮਤ ਅਨੁਸਾਰ ਪੂਰਨ ਕਰੀ। ਸੱਚੇ ਪਾਤਸ਼ਾਹ ਸਾਰੀਆਂ ਦੇ ਉੱਤੇ ਮਿਹਰ ਭਰੇ ਹੱਥ ਰੱਖੀ, ਦੁੱਖਾਂ ਕਲੇਸ਼ਾਂ ਦਾ ਨਾਸ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਅਵਤਾਰ ਜੀ, FM 95 ਪੰਜਾਬ ਰੰਗ ਪੰਜਾਬ ਸਰਕਾਰ ਦਾ ਔਰ ਪਾਕਿਸਤਾਨ ਦਾ ਪਹਿਲਾ ਪੰਜਾਬੀ FM ਚੈਨਲ ਹੈ। ਤੁਸੀਂ 2 ਦਹਾਕੜਿਆਂ ਤੋਂ ਵੱਧ ਹੋ ਗਿਆ ਤੁਹਾਨੂੰ ਇੱਥੇ ਆ ਕੇ ਸੇਵਾ ਕਰਦਿਆਂ ਹੋਇਆਂ, ਸਪੈਸ਼ਲੀ ਮੈਂ ਇਸ ਵੇਲੇ ਜਿੱਥੇ ਗੁਰਦੁਆਰਾ ਤੰਬੂ ਸਾਹਿਬ 'ਚ ਬੈਠਾ ਹਾਂ, ਇੱਥੇ ਜਿਹੜੇ ਆ ਕੰਪਲੈਕਸ ਰਹਿਣ ਲਈ ਬਣੇ ਨੇ, ਇਹ ਤੁਹਾਡੀ ਸੇਵਾ ਦਾ ਮੂੰਹ ਬੋਲ ਦਾ ਸਬੂਤ ਨੇ। ਕਰਤਾਰਪੁਰ ਅਲਾਂਗਾ
ਸਾਡੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਜਿੱਦਣ ਪਾਕਿਸਤਾਨ ਨਾਲ ਵਫਾਦਾਰੀ ਦੀ ਸਹੁੰ ਚੁੱਕੀ ਉਦਣ ਹੀ ਸਾਡੇ ਫੌਜ ਮੁਖੀ ਨੇ ਆਖਿਆ ਕਿ ਜੀ ਅਸੀਂ ਤਾਂ ਇਹ ਚਾਹੁੰਦੇ ਹਾਂ ਅਤੇ ਫਿਰ ਖਾਨ ਨੇ ਕਰ ਵਹਾਇਆ ਇਸ ਅਲਾਂਘੇ ਦੇ ਬਾਰੇ ਚੜ੍ਹਦੇ ਪਾਸਿਓਂ ਦੁੱਧ 'ਚ ਜਿਹੜੀਆਂ ਮੇਂਗਣਾਂ ਪੈਂਦੀਆਂ ਰਹੀਆਂ ਜਿਹੜੀਆਂ ਵਨਸਵੰਨੀਆਂ ਗੱਲਾਂ ਹੁੰਦੀਆਂ ਰਹੀਆਂ ਇਹ ਹੋ ਜਾਣਾ ਉਹ ਹੋ ਜਾਣਾ ਇਹ ਦੋ ਦਹਾਕੜਿਆਂ ਤੋਂ ਵੱਧ ਸਮਾਂ ਤੁਸੀਂ ਵੇਖਿਆ ਤੁਸੀਂ ਇਸ ਸ਼ੁਰੂਆਤ ਦੇ ਵੀ ਗਵਾਹ ਜੇ ਔਰ ਅੱਜ ਇਹ ਕੰਮ ਜਿਹੜਾ ਪਹਿਲਾਂ ਸੁਪਨਾ ਸੀ ਇਹ ਹੱਕੀ ਸੱਚੀ ਹੋ ਕੇ ਹਕੀਕਤ ਵੀ ਬਣ ਗਿਆ ਜੋ ਗੱਲਾਂ ਚੜ੍ਹਦੇ ਪਾਸੇ ਹੋਈਆਂ ਔਰ ਜੋ ਇਹ ਲਹਿੰਦੇ ਵਾਲਿਆਂ ਨੇ ਕਰ ਵਿਖਾਇਆ ਇਹਨਾਂ ਦੋਵਾਂ ਦੇ ਵਿੱਚ ਫਰਕ ਆ ਜਿਹੜਾ ਉਹ ਮੈਂ ਜਾਣਨਾ ਚਾਹੂੰਗਾ ਗੱਲ ਬਲਵਿੰਦਰ ਹੋਣਾ ਵਾਲੀ ਕਿ ਦਿੱਲੀ ਹਿੱਲਣ ਲੱਗੀ ਅੱਜ ਜੋ ਤੁਸੀਂ ਮੈਨੂੰ ਇਹ ਕੁਐਸਚਨ ਕੀਤਾ ਨਾ ਮੈਂ ਉਸ ਕੁਐਸਚਨ ਦਾ ਆਨਸਰ ਇਹ ਦਿੰਦਾ ਵੀ 1947 ਤੋਂ ਬਾਅਦ ਜਦੋਂ ਸਿੱਖ ਯਾਤਰੂ ਆਉਣ ਲੱਗੇ ਗੁਰਦੁਆਰਿਆਂ ਦੇ ਵਿੱਚ ਉਸ ਤੋਂ ਬਾਅਦ ਨਹਿਰੂ ਜਨਾਹ ਪੈਕਟ ਹੋਇਆ ਤੇ ਉਹਨਾਂ ਨੂੰ ਇਹ ਮਨਜ਼ੂਰੀ ਮਿਲ ਗਈ ਵੀ ਉਹ ਜਿਹੜੀਆਂ ਇੱਥੇ ਦੀਆਂ ਗੋਲਕਾਂ ਹੋਣਗੀਆਂ ਨਾ ਉਹ ਲੈ ਜਾਇਆ ਕਰਨਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਠੀਕ ਹੈ 1952 ਤੋਂ ਲਾ ਕੇ 1999 ਤੱਕ ਉਹਨਾਂ ਨੇ ਪੇਰਿਆਂ ਪੋਤਾਂ ਨੇ ਇਹੀ ਸੋਚਿਆ ਵੀ ਸਾਨੂੰ ਹੁਣ ਗੋਲਕ ਮਿਲ ਗਈ ਆ ਤੇ ਉਹ ਗੋਲਕ ਲੈ ਕੇ ਲਿਜਾਂਦੇ ਰਹੇ ਲੇਕਿਨ ਉਹਨਾਂ ਨੇ ਉਹਦੇ ਵਿੱਚੋਂ ਇੱਕ ਪੈਸਾ ਵੀ ਇੱਥੇ ਕਿਸੇ ਬਿਲਡਿੰਗ ਦੇ ਉੱਤੇ ਨਹੀਂ ਲਾਇਆ 1999 ਤੋਂ ਬਾਅਦ ਅਸੀਂ ਇਹ ਕਾਰਜ ਜਿਹੜੇ ਕਰਨੇ ਸ਼ੁਰੂ ਕੀਤੇ ਹਿੰਦੁਸਤਾਨ ਦੀ ਭਾਰਤ ਸਰਕਾਰ ਦੀ ਗੱਲ ਹੀ ਜੁਦੀ ਆ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦਾ ਵੀ ਉਹਨਾਂ ਨੇ ਵੀ ਇੱਕ ਪੈਸਾ ਨਹੀਂ ਇੱਥੇ ਲਾਇਆ ਅਸੀਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੂੰ ਕਹਿਣ ਦੀਆਂ ਵੀ ਤੁਸੀਂ ਇੱਥੇ ਪੈਸਾ ਲਾਓ ਪਰ ਉਹਨਾਂ ਨੇ ਸੁਣ ਲੈਣਾ ਅਗੇ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ ਰਹਿੰਦਾ ਸੀ ਰਹੀ ਗੱਲ ਅੱਜ ਤੁਸੀਂ ਕੋਰੀਡੋਰ ਦੀ ਗੱਲ ਕੀਤੀ ਆ ਇਹ ਕੋਰੀਡੋਰ ਜਿਹੜਾ ਸੀਗਾ ਨਾ ਇਹ ਅੱਜ ਦੀ ਇਹ ਤਾਂ ਜਿੱਦਾਂ ਕਹਿੰਦੇ ਹੁੰਦੇ ਗੁਰੂ ਮਹਾਰਾਜ ਨੇ ਜਿਹਨੂੰ ਵੀ ਸਿਹਰਾ ਦੇਣਾ ਉਹਨੂੰ ਸਿਹਰਾ ਮਿਲਦਾ ਇਹ ਬੜੇ ਪਿਛਲੇ 25 ਸਾਲ ਤੋਂ ਇਹਦੀ ਗੱਲ ਚੱਲੀ ਆ ਰਹੀ ਸੀ ਜਿਹਦੇ ਵਿੱਚ 10-20 ਸ਼ਮੂਲੀਅਤ ਸੀ ਲੇਕਿਨ ਅਸੀਂ ਸਟਰਗਲ ਕਰਦੇ ਰਹੇ ਅਰਦਾਸਾਂ ਕਰਦੇ ਰਹੇ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਮਹਾਰਾਜ ਨੇ ਅਰਦਾਸ ਪੂਰੀ ਕੀਤੀ ਅਤੇ ਉਹ ਕੋਰੀਡੋਰ ਜਿਹੜਾ ਉਹ ਬਣ ਕੇ ਕੱਲ੍ਹ ਓਪਨਿੰਗ ਸੈਰੀਮਨੀ ਹੋ ਗਈ ਆਪ ਜੀ ਨੇ ਇੱਕ ਹੋਰ ਬੇਨਤੀ ਕੀਤੀ ਵੀ ਉੱਥੇ ਮਿੰਗਣਾ ਪਾਉਂਦੇ ਚੜ੍ਹਦੇ ਅਲਾਂ ਜਿਹਦੇ ਕੋਲ ਜ਼ਿਆਦਾ ਬੱਕਰੀਆਂ ਹੋਣਗੀਆਂ ਉਹਨੇ ਮਿੰਗਣਾ ਹੀ ਪਾਉਣੀਆਂ ਜਿਹਦੇ ਕੋਲ ਮੱਝਾਂ ਹੋਣਗੀਆਂ ਉਹਨੇ ਉਹਦੇ ਫੋਸ ਪਾਥੀਆਂ ਪੱਥਣੀਆਂ ਸੋ ਕਿਉਂਕਿ ਉਹ ਦੋ ਕੰਮ ਆਉਂਦੇ ਆ ਮੱਝ ਦਾ ਗੋਹਾ ਜਿਹੜਾ ਦੋ ਕੰਮ ਆਉਂਦਾ ਅਤੇ ਬੱਕਰੀਆਂ ਦਾ ਸਿਰਫ ਇਹ ਦੁੱਧ 'ਚ ਹੀ ਪੈਂਦੀਆਂ ਉੱਦਾਂ ਹੋਰ ਕਿਤੇ ਪੈਂਦੀਆਂ ਨੇ ਮਾਫ਼ ਕਰਨਾ ਹਿੰਦੁਸਤਾਨ ਦੀ ਅੱਜ ਉਹ ਕਹਿੰਦੇ ਸਾਨੂੰ ਇੰਡੀਆ ਦੇ ਮੀਡੀਆ ਵੀ ਕੱਲ੍ਹ ਮੈਨੂੰ ਪੁੱਛਦਾ ਸੀ ਵੀ ਤੁਸੀਂ ਦੋਹਾਂ ਸਰਕਾਰਾਂ ਬਾਰੇ ਕਿੱਦਾਂ ਦੇਖਦੇ ਹੋ ਮੈਂ ਉਹਨਾਂ ਨੂੰ ਇੱਕੋ ਇੱਕ ਬੇਨਤੀ ਕੀਤੀ ਮੈਂ ਕਿਹਾ ਮੈਂ ਦੇਖਦਾ ਅੱਜ ਮੈਂ ਇਹ ਕਹਿ ਦਿੰਦਾ ਵੀ ਹਾਂ ਠੀਕ ਆ ਉਹ ਸਰਕਾਰ ਨੇ ਸਹਿਯੋਗ ਕਰਕੇ ਖੋਲ੍ਹ ਦਿੱਤਾ ਵਾਕਿਆ ਹੀ ਸਹੀ ਆ ਪਰ ਉਹਨਾਂ ਦੀ ਨੀਅਤ ਨਹੀਂ ਸੀ ਉਹਨਾਂ ਦੀ ਨੀਅਤ ਬਿਲਕੁਲ ਨਹੀਂ ਸੀ ਵੀ ਇਹ ਕੋਰੀਡੋਰ ਖੁੱਲ੍ਹੇ ਕਾਰਨ ਉਹਦਾ ਇਹ ਸੀ ਵੀ ਉਹ ਲੰਮ ਲੰਮਾ ਪਾਉਣਾ ਚਾਹੁੰਦੇ ਸੀ ਵੀ ਅੱਜ ਵੀ ਇਹ ਰੁਕ ਜਾਏ ਅੱਜ ਵੀ ਰੁਕ ਜਾਏ ਸਭ ਤੋਂ ਪਹਿਲਾਂ 1370 ਧਾਰਾ ਜਿਹੜੀ ਕਸ਼ਮੀਰ ਦੇ ਵਿੱਚ ਤੋੜੀ ਉਹਦੇ ਉੱਤੇ ਉਹਨਾਂ ਦਾ ਮਨਸੂਬਾ ਸੀ ਵੀ ਇਮਰਾਨ ਖਾਨ ਖਰਿਆ ਇਸ ਗੁੱਸੇ 'ਚ ਆ ਕੇ ਕੋਰੀਡੋਰ ਵੀ ਜਿਹੜਾ ਕੋਰੀਡੋਰ ਆ ਉਹ ਵੀ ਬੰਦ ਕਰ ਦਊਗਾ ਪਰ ਮੈਂ ਸ਼ਾਬਾਸ਼ ਦਿੰਦਾ ਇਮਰਾਨ ਖਾਨ ਨੂੰ ਉਹ ਔਖੀ ਸਮੇਂ ਵੀ ਸਿੱਖਾਂ ਨੂੰ ਇਹ ਇੱਕ ਤੋਹਫ਼ਾ ਦੇਣ ਲਈ ਉਹਨੇ ਇਸ ਕੰਮ ਨੂੰ ਕਿਹਾ ਵੀ ਨਹੀਂ ਇਹ ਕੰਮ ਇੱਕ ਦਿਨ ਵੀ ਰੁਕਣਾ ਨਹੀਂ ਚਾਹੀਦਾ ਦਿਨ ਰਾਤ ਇੱਕ ਹੋਣੀ ਚਾਹੀਦੀ ਆ ਅਤੇ ਉਹ ਕੱਲ੍ਹ ਖੁੱਲ੍ਹ ਕੇ ਉੱਥੇ ਉਹਨੇ ਸਿੱਖਾਂ ਨੂੰ ਵਧਾਈ ਦਿੱਤੀ ਅਸੀਂ ਉਹਨਾਂ ਨੂੰ ਇਹ ਵਧਾਈ ਦਿੰਦੇ ਹਾਂ ਵੀ ਉਹਨਾਂ ਨੂੰ ਜੋ ਉਹਨਾਂ ਨੇ ਕਿਹਾ ਉਹਨੇ ਖਾਨਾ ਵਾਲਾ ਕੰਮ ਕਰਕੇ ਦਿਖਾ ਦਿੱਤਾ ਵਾਹ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 550ਵੇਂ ਗੁਰਪੁਰਬ ਦੀਆਂ ਰੌਣਕਾਂ ਦੇ ਬਾਰੇ ਇਹ ਜਿਹੜੇ ਪ੍ਰਬੰਧ ਨੇ ਜਿਹੜੇ ਉਪਰਾਲੇ ਨੇ ਪਾਕਿਸਤਾਨ ਵੱਲੋਂ ਇਹ ਜਿਹੜਾ ਸੇਵਾ ਚੁੱਕੀ ਗਈ ਹੈ ਜਿਹੜਾ ਮਾਣ ਚੁੱਕਿਆ ਗਿਆ ਇਹਨੂੰ ਤੁਸੀਂ ਕਿੱਦਾਂ ਵੇਖਦੇ ਹੋ ਕਿਉਂਕਿ ਦਰਅਸਲ ਦੋ ਵੱਡੇ ਮੇਨ ਪ੍ਰੋਗਰਾਮ ਜਿਹੜੇ ਸੀ ਉਹ ਟੁਗੈਦਰ ਹੋ ਗਏ ਇੱਕ 9 ਨਵੰਬਰ ਜਿਹੜਾ ਹੈ ਉਹ ਲਿਖ ਲਿਆ ਗਿਆ ਕੋਰੀਡੋਰ ਦੀ ਓਪਨਿੰਗ ਸੈਰੇਮਨੀ ਜਿਹੜਾ ਕਿ ਬਹੁਤ ਵੱਡਾ ਸਿੱਖ ਧਰਮ ਲਈ ਖਾਸ ਕਰਕੇ ਸਿੱਖਾਂ ਲਈ ਇੱਕ ਬਹੁਤ ਮਹੱਤਵਪੂਰਨ ਸੀ ਦੂਸਰੇ ਪਾਸੇ 12 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੁਣ ਦੋਹੀਂ ਪਾਸੇ ਹਜ਼ਾਰਾਂ ਲੋਕਾਂ ਨੂੰ ਸਾਂਭਣਾ ਇਟਸ ਨੋਟ ਏ ਚਾਈਲਡ ਪਲੇ ਬੜੀ ਮਿਹਨਤ ਕਰਨੀ ਪੈਂਦੀ ਆ ਕਿਉਂਕਿ ਜਿਹੜੇ ਗੱਲਾਂ ਕਰਨ ਵਾਲੇ ਆ ਉਹ ਗੱਲਾਂ ਕਰਦੇ ਆ ਕਿ ਜੀ ਕੀ ਫਰਕ ਪੈਂਦਾ ਇੰਨੇ ਆਦਮੀ ਹੋਰ ਆ ਜਾਣ ਇੰਨੇ ਆਦਮੀ ਹੋਰ ਆ ਜਾਣ ਮੈਂ ਕੱਲ੍ਹ ਆਪ ਖੁਦ ਉੱਥੇ ਦੇਖਿਆ ਜੋ ਲੰਗਰ ਦਾ ਪ੍ਰਬੰਧ ਸੀ ਹਜ਼ਾਰਾਂ ਲੋਕ ਉੱਥੇ ਲੰਗਰ ਛੱਕ ਕੇ ਆਏ ਆ ਮੈਂ ਵੀ ਉਹਨਾਂ ਦੇ ਵਿੱਚ ਬੈਠ ਕੇ ਲੰਗਰ ਛੱਕਿਆ ਲੰਗਰ ਬੜਾ ਸਵਾਦਲਾ ਸੀ ਬੜਾ ਨਾਈਸ ਸੀ ਇਹ ਕਹਿਣਾ ਬਣਦਾ ਕਿਉਂਕਿ ਦੂਜੇ ਦੇ ਉੱਤੇ ਕੈਂਤੂ ਕਰਨ ਤੋਂ ਪਹਿਲਾਂ ਆਪਣੇ ਘਰ ਨੂੰ ਸਵਾਰੋ ਕੀ ਆਇਆ
ਅੱਜ ਸਾਨੂੰ ਪਤਾ ਅਸੀਂ ਇੱਥੇ ਪਾਕਿਸਤਾਨ ਦੇ ਵਿੱਚ ਰਹਿੰਦੇ ਹਾਂ, ਸੇਵਾ ਕਰਦੇ ਹਾਂ, ਸਾਨੂੰ ਪਤਾ ਵੀ ਸਾਡੇ ਕੋਲ ਕਿੰਨੀ ਅਕੋਮੋਡੇਸ਼ਨ, ਅਸੀਂ ਕਿਸ ਤਰੀਕੇ ਨਾਲ ਲੋਕਾਂ ਨੂੰ ਰੱਖ ਸਕਦੇ ਹਾਂ। ਜਿਹੜੇ ਭਾਈ ਸਾਡੇ ਇੰਡੀਆ ਤੋਂ ਆਏ ਆ, ਅਸੀਂ ਉਹਨਾਂ ਨੂੰ ਮਾਇਨ ਨਹੀਂ ਕਰਦੇ, ਪਰ ਉਹ ਇੱਦਾਂ ਹੁੱਲੜਬਾਜ਼ੀ ਕਈ ਵਾਰੀ ਕਰਦੇ ਆ ਵੀ ਜਿੱਦਾਂ ਸਾਡੀ ਪੱਕੀ ਜਾਇਦਾਦ ਹੁੰਦੀ ਆ, ਤੁਸੀਂ ਪਰਵਾਹ ਨਹੀਂ ਇੱਥੇ ਵੜ ਜਾਓ ਜੀ। ਕਹਿਣ ਤੋਂ ਭਾਵ ਇਹ ਹੁੱਲੜਬਾਜ਼ੀ ਜਿਹੜੀ ਆ, ਨਹੀਂ ਅਸੀਂ ਵੀ ਗੁਰਸਿੱਖ ਹਾਂ, ਤੁਸੀਂ ਵੀ ਗੁਰਸਿੱਖ ਹੋ, ਸ਼ਾਂਤੀ ਦੇ ਨਾਲ ਸਾਰੇ ਕਾਰਜ ਹੋ ਜਾਂਦੇ ਆ, ਕਿਉਂਕਿ ਜੇ ਕਿਸੇ ਦੇ ਕਮਰਿਆਂ ਦਾ ਜਿੰਦਾ ਭੰਨ ਕੇ ਤੁਸੀਂ ਅੰਦਰ ਵੜੋਗੇ ਤਾਂ ਮਹਿਸੂਸ, ਜਿਹੜਾ ਆਲਰੇਡੀ ਉੱਥੇ ਬੈਠਾ ਉਹਨੂੰ ਕੀ ਮਹਿਸੂਸ ਹੋਊਗਾ, ਜਾਂ ਉਹ ਗੁੱਸੇ ਹੋਊਗਾ, ਇੱਕ ਤਾਂ ਨਾਰਾਜ਼ ਹੋਊਗੀ ਨਾ। ਜੇ ਥੋੜ੍ਹਾ ਬਹੁਤ ਪਿਆਰ ਭਾਵਨਾ ਨਾਲ ਇਹਨਾਂ ਚੀਜ਼ਾਂ ਨੂੰ ਕੀਤਾ ਜਾਵੇ ਤਾਂ ਉਸ 'ਚ ਜੀਆਂ ਬਹੁਤ ਸੋਹਣੀਆਂ ਲੱਗਦੀਆਂ ਹਨ। ਅੱਜ ਮੈਂ ਫਿਰ ਪਾਕਿਸਤਾਨ ਸਰਕਾਰ, ਪਾਕਿਸਤਾਨ ਦੇ ਵਕਫ ਬੋਰਡ ਅਤੇ ਖਾਸ ਕਰਕੇ ਪੰਜਾਬ ਸਰਕਾਰ, ਇਹਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਇੰਨੇ ਆਵਾਮ ਲਈ ਸਾਰੇ ਇੰਤਜ਼ਾਮ ਕੀਤੇ ਹਨ, ਅਤੇ ਉਹਨਾਂ ਇੰਤਜ਼ਾਮਾਂ ਦੇ ਵਿੱਚ ਅਸੀਂ ਵੀ ਸ਼ਾਮਿਲ ਹਾਂ, ਕਿਉਂਕਿ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਅਸੀਂ ਵੀ ਆਪਣਾ ਪਾਰਟੀਸਪੇਟ ਕੀਤਾ ਹੈ। ਸੋ ਅੱਜ ਤੰਬੂ ਸਾਹਿਬ ਦੇ ਵਿੱਚ ਰੌਣਕਾਂ ਲੱਗੀਆਂ, ਆਪ ਦੇਖ ਸਕਦੇ ਹੋ ਇੱਥੇ ਹਜ਼ਾਰਾਂ ਲੋਕਾਂ ਦੇ ਲੰਗਰ ਪੱਕ ਰਿਹਾ, ਲੰਗਰ ਛੱਕ ਕੇ ਸੰਗਤਾਂ ਜਾ ਰਹੀਆਂ ਹਨ, ਕਿਉਂਕਿ ਹਰ ਸਾਲ ਦੀ ਤਰ੍ਹਾਂ ਅਸੀਂ ਐਤਕੀ ਦੁੱਗਣਾ ਰਾਸ਼ਨ ਪਾਣੀ ਖਰੀਦ ਕੇ ਇੱਥੇ ਰੱਖਿਆ ਹੈ। ਕਿਆ ਕਹਿਣ, ਪਿਛਲੇ ਸਾਲਾਂ ਨਾਲੋਂ ਦੁੱਗਣਾ ਅਸੀਂ ਰਾਸ਼ਨ ਪਾਣੀ ਲੈ ਕੇ ਰੱਖਿਆ ਆ। ਜਿੰਨੀਆਂ ਮਰਜ਼ੀ ਸੰਗਤਾਂ ਆਉਣ, ਮਹਾਰਾਜ ਦੀ ਕਿਰਪਾ ਨਾਲ ਸਾਰਿਆਂ ਨੂੰ ਐਨ ਆਨੰਦਮਈ ਅਸੀਂ ਲੰਗਰ ਪਾਣੀ ਛਕਾ ਕੇ ਤੋਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਮਿਹਰਬਾਨੀ ਅਵਤਾਰ ਸਿੰਘ ਸੰਘੇੜਾ ਜੀ ਕਿ ਤੁਸੀਂ ਸਮਾਂ ਦਿੱਤਾ। ਥੈਂਕ ਯੂ ਵੈਰੀ ਮੱਚ। ਆਖਰੀ ਕੁਛ ਲੰਮੇ ਨੇ ਤੇ ਅਖੀਰਲੇ ਸ਼ਬਦ ਬਲਵਿੰਦਰ ਹੋਣਾ ਦੇ ਜੀ। ਤੁਹਾਨੂੰ ਇੱਕ ਬੇਨਤੀ ਕਰਨੀ ਚਾਹਨਾ ਭਈ, ਇਹ ਤਾਂ ਜੋ ਕੱਲ ਹੋਇਆ ਇਹ ਤਾਂ ਠੀਕ ਆ। ਅਸੀਂ ਜਦ ਮੈਂ 1999 ਚ ਪਹਿਲੀ ਵਾਰੀ ਆਇਆ ਨਾ, ਪਾਕਿਸਤਾਨ ਦੇ ਸਾਰੇ ਉਸੇ ਕਰਤਾਰਪੁਰ ਸਾਹਿਬ ਦੇ ਗੁੰਮਟੇ ਢਾਏ ਹੋਏ ਸੀਗੇ, ਗੁਰਦੁਆਰੇ ਦਾ ਬੜਾ ਬੁਰਾ ਹਾਲਤ ਸੀਗਾ, ਉੱਥੇ ਸੱਪ ਤੁਰੇ ਫਿਰਦੇ ਸੀਗੇ, ਉਹਦੀ ਸੜਕ ਸੀਗੀ ਨਾ ਮਸੀ ਲੰਘਦੇ ਸੀ, ਐਡੀ ਐਡੀ 6-7 ਇੰਚ ਧੁੱਦਲ ਸੀਗੀ ਜਿਹ ਚ ਮਿੱਟੀ ਚ ਨਾ ਏਦਾਂ ਪੈਰ ਜਾਂਦਾ ਸੀਗਾ। 2004 ਦੇ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲੀ ਸੀਗੀ, ਪਹਿਲਾਂ ਉੱਥੇ ਗੁਰੂ ਅੰਗਦ ਦੇਵ ਜੀ ਨੂੰ 2004 ਚ 18 ਅਪ੍ਰੈਲ ਨੂੰ ਉਹਨਾਂ ਦਾ 500 ਸਾਲਾ ਜਨਮ ਦਿਹਾੜਾ ਸੀਗਾ। ਇਹ ਵੀ ਆਏ ਸੀਗੇ, ਮੈਂ ਵੀ ਆਇਆ ਸੀਗਾ, ਹੋਰ ਵੀ ਸੰਗਤਾਂ ਬਹੁਤ ਆਈਆਂ ਸੀਗੀਆਂ। ਅਸੀਂ ਸਾਰਿਆਂ ਨੇ ਸੋਚਿਆ ਵੀ ਇੰਡੀਆ 'ਚ ਤਾਂ ਉਹ ਜਨਮ ਦਿਹਾੜਾ ਸਾਰਿਆਂ ਨੇ ਮਨਾਉਣਾ, ਕਿਉਂ ਨਾ ਆਪਾਂ ਕਰਤਾਰਪੁਰ ਮਨਾਈਏ, ਕਿਉਂਕਿ ਉਹਨਾਂ ਦਾ ਉੱਥੇ ਉਹਨਾਂ ਨੂੰ ਗੁਰਗੱਦੀ ਮਿਲੀ ਸੀਗੀ। ਪਰ ਉਸ ਵੇਲੇ ਜੋ ਪਾਕਿਸਤਾਨ ਗਵਰਨਮੈਂਟ ਨੇ ਸਾਨੂੰ ਦਿਖਾਲਿਆ ਸੀਗਾ, ਮੇਰੇ ਖਿਆਲ 11 ਤਰੀਕ ਨੂੰ ਆਕਾਸ਼ ਬੋਰਡ ਨਾਲ ਮੀਟਿੰਗ ਹੋਈ ਸੀਗੀ, ਉਹਨਾਂ ਨੇ ਉਸ ਵੇਲੇ 350-350 ਬੰਦਾ ਲਾ ਕੇ, ਉਹਦਾ ਮੇਨ ਰੋਡ ਤੋਂ 3.5 ਕਿਲੋਮੀਟਰ ਪੈਂਦਾ ਗੁਰਦੁਆਰੇ ਦਾ ਪਿੰਡ ਆ, 36 ਘੰਟਿਆਂ ਦੀ ਸੜਕ ਬਣਾ ਕੇ ਦਿੱਤੀ ਸੀ, 6-7 ਮੀਲ ਤੋਂ ਬਿਜਲੀ ਲਿਆ ਕੇ ਦਿੱਤੀ ਸੀ ਔਰ ਹਰ ਚੀਜ਼ ਪ੍ਰੋਵਾਈਡ ਕੀਤੀ ਸੀ। ਉਹ ਪਿਛਲਾ ਵੀ ਸਾਨੂੰ ਦੱਸਣਾ ਚਾਹੀਦਾ। ਅਸੀਂ ਕਹਿੰਦੇ ਸੀ ਉਸ ਵੇਲੇ ਮਨਮੋਹਨ ਸਿੰਘ ਹੋਣੀ ਸਾਡੇ ਪ੍ਰਾਈਮ ਮਿਨਿਸਟਰ ਆ, ਬਾਦਲ ਹੋਣੀ ਆ, ਹੋਰ ਸਾਰੇ ਆ, ਜਾਂ ਕੋਈ ਇੰਡੀਆ 'ਚ ਇੰਨਾ ਕੰਮ ਕਰਕੇ ਦਿਖਾ ਦੇਵੇ। ਕਿਆ ਕਹਿਣ, ਮਤਲਬ ਹਮੇਸ਼ਾ ਹੀ ਸਾਡਾ ਇੱਥੇ ਦੇ ਜਿਹੜੀ ਆਕਾਸ਼ ਬੋਰਡ ਆ ਤੇ ਇੱਥੇ ਦੀ ਗਵਰਨਮੈਂਟ ਨੇ ਸਾਡਾ ਸਾਥ ਦਿੱਤਾ। ਉਹ ਵੀ ਟਾਈਮ ਦਾ ਸਾਨੂੰ ਚੇਤਾ ਆ, 2004 ਜਦ ਅਸੀਂ ਆਏ ਸੀਗੇ ਉੱਥੇ ਬੜੀਆਂ ਰੌਣਕਾਂ ਲੱਗੀਆਂ ਸੀ, ਲਾਈਟਾਂ ਚੱਲੀਆਂ, ਅਸ਼ਤਬਾਜ਼ੀਆਂ ਚੱਲੀਆਂ, ਲੰਗਰ ਚੱਲੇ, ਮੇਰੇ ਖਿਆਲ ਕਾਫੀ, ਮੇਰੇ ਖਿਆਲ 1947 ਤੋਂ ਬਾਅਦ ਪਹਿਲੀ ਵਾਰੀ ਇਹ ਉੱਥੇ ਕ੍ਰਿਸ਼ਮਾ ਹੋਇਆ ਸੀਗਾ ਤੇ ਹੁਣ ਗੁਰਬਾਰਿਆਂ ਨੇ ਕਿਰਪਾ ਕੀਤੀ ਆ, ਹੁਣ ਤਾਂ ਮੇਰੇ ਹੋ ਗਏ। ਅਸੀਂ ਫਿਰ ਵੀ ਇਮਰਾਨ ਖਾਨ ਦਾ ਬਹੁਤ ਧੰਨਵਾਦ ਕਰਦੇ ਹਾਂ। ਇੱਕ ਦਿਨ ਕਿਸੇ ਹਿੰਦੂ ਨੇ ਇੰਟਰਵਿਊ ਦਿੱਤੀ ਸੀਗੀ ਵੀ ਜੇ ਕੋਈ ਸ਼ਹੀਦ ਹੋ ਸਕਦਾ, ਮਰਨੇ ਨੂੰ ਕੋਈ ਤਿਆਰ ਨਹੀਂ ਹੈਗਾ, ਇੱਕ ਦੋ ਹੀ ਬੰਦੇ ਮਰ ਸਕਦੇ, ਇੱਕ ਤਾਂ ਜੇ ਕੋਈ ਪਾਗਲ ਹੋਵੇ ਜਾਂ ਦੂਜਾ ਸਰਦਾਰ ਹੋਵੇ। ਇਮਰਾਨ ਖਾਨ ਨੂੰ ਅਸੀਂ ਸਿੱਧਾ ਮੈਸੇਜ ਦਿੰਦੇ ਹਾਂ ਵੀ ਤਾਂ ਸਰਦਾਰਾਂ ਤੇ ਬਹੁਤ ਬੜਾ ਆਸਾਨ ਕੀਤਾ, ਜਿੱਦਣ ਕਿਤੇ ਲੋੜ ਪਈ ਸਰਦਾਰਾਂ ਨੂੰ ਦੱਸ ਦਈ, ਜਿੱਦਾਂ ਕਸ਼ਮੀਰੀਆਂ ਲਈ ਖੜੇ ਪਾਕਿਸਤਾਨ ਲਈ ਤਿੰਨ ਸਭ ਤੋਂ ਪਹਿਲਾਂ ਖੜੂਗੇ ਸਰਦਾਰ। ਬਹੁਤ ਬਹੁਤ ਧੰਨਵਾਦ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡੀ ਜਜ਼ਬਾਤੀ ਗੱਲਬਾਤ ਤੋਂ ਬਾਅਦ ਮੇਰਾ ਖਿਆਲ ਹੈ ਕਿ ਮਸੂਦ ਮੱਲੀ ਦਾ ਬੋਲਣਾ ਬਣਦਾ ਨਹੀਂ ਕਿ ਪੂਰੀ ਸਿੱਖ ਕੌਮ ਪਾਕਿਸਤਾਨ ਦੇ ਨਾਲ ਖਲੋਤੀ ਹੈ। FM 95 ਪੰਜਾਬ ਰੰਗ ਦੇ ਸੁਣਨ ਵਾਲਿਆਂ ਲਈ ਇਹ ਜਜ਼ਬਾਤੀ ਲੰਮੇ ਲੈ ਕੇ ਮੈਂ ਨਨਕਾਣਾ ਸਾਹਿਬ ਤੋਂ ਤੁਹਾਡੇ ਨਾਲ ਸਾਂ। ਸੋ ਅਗਲੀ ਕਵਰੇਜ ਦੇ ਨਾਲ ਫਿਰ ਮਿਲਦੇ ਹਾਂ।